चन्नी साहब, चन्नी साहब इधर हाँ जी, की हाल चाल जी थोड़ा। एक बार फिर स्वागत है जोबर रामगढ़ी यूट्यूब चैनल पर। गाइस अज आप फिर एक लेके आए हैं स्ट्रीट फूड से। अज आप करेंगे थोड़ा जहा चीपेस्ट स्ट्रीट फूड, देखते हैं आपको मिलता है कि नहीं। थोड़ा पता भी जिमें एक पहला भी किया डिस्क्रिप्शन में, थोड़ा लिंक मिल जूगा। नहीं देखे तो जाके पहले देख लो। वो मतलब जो स्ट्रीट फूड सगा आइटम सारिया मैं लगता 40 रुपए तो शुरू होंगे सी, 40 रुपीज़ तो लैके मतलब मिनीम 40 रुपए दी चीज़ा खादियाँ उतों का स्टार्टिंग ही होंगी सी। तो अज आप देखते हैं भी कोई 10 रुपए 20 रुपए की कोई आपको चीज़ मिलती है स्ट्रीट फूड वगैरह की। तो बाकी हूँ तुम देख लो, ठीक है। जुड़े रहो व्लॉग नाल शुरू तो लैके लास्ट तक जरूर वेखियो। बाई के कोले खड़के प्लेट भी करी जाने गाइस। हुण आपां एक दो कहो कराई सीगे हॉट डॉग ते एक आपां कुलचे छोलियां दी प्लेट कराई सीगी। सब ठीक सीगा, वत सीगा मतलब, पर वो स्वाद सीगा मतलब किन्ने दे सीगे हॉट डॉग सीगे 30 रुपए दे, अपने कुलचे सीगे 25 रुपए दे, ठीक है। मतलब हजे तक 10 रुपए दा सानू कुछ नहीं मिले, 10-20 रुपए दा मतलब जिवें कहिंदे ना चीपेस्ट फूड। बाहर लड़ाई होई जांदी है, इधर नूं तां नहीं आउंदे। इधर आ वेखो, ये अज चरणजीत सिंह चन्नी बने फिरदे, लोई दी कमी है कल्ली क्यों भी। आयो हम आप कुछ होर ट्राई करते बाहर चल के। है नहीं भाई, नहीं पा सकता। बस इन्ना रिव्यू ही होता है ना अपन, क्योंकि पक्के फूड व्लॉगर हैं। हां भाई, जो है स्वाद बस स्वाद होर की दसना। ठीक ठाक मोमोस आर के मोमोस आ कुलचे वाला रिव्यू। मैं कुलचे वाले भाई दी रेडी ते बेइज्जती करे हैं, कहंदा किवें है। मैं कहा कुलचे छोले के कुलचे छोले तू परे कर, तन्नी तेरी पग विच आई जांदी है पर ना ओ तेरी जवाब आ रही कर रहा अंदरों गर्मा बारह ठंडा पर स्वाद आ। ये ना यार छोटे छोटे जे जो आप पिछले फूड ब्लॉक से खाते थे, वो क्वालिटी भी वधिया, साइज़ भी वड्डे, दाम च भी वड्डे।
ਹੁਣ ਇੱਕ ਆਪਾਂ ਟਰਾਈ ਕਰਦੇ ਆ ਫਰਾਈ ਫਰਾਈ ਥੋੜਾ ਜਿਹਾ ਆਪਾਂ ਮਿਕਸ ਜੇ ਕਰਾਏ ਸੀਗੇ ਆ ਜਿਆਦਾ ਸਵਾਦ ਆ ਫਰਾਈ ਵਾਲਾ ਹੁਣ ਤੈਨੂੰ 50 ਰੁਪਏ ਦੇ ਕਿਸਤ ਨੂੰ ਪਨੀਰ ਵਾਲੇ ਗਵਾ ਦਈਏ ਇਹ ਐਰਜੀ ਮਿਲਦੇ ਆ ਨਹੀਂ ਯਾਰ ਸਵਾਦ ਆ ਤੇ ਸਵਾਦ ਮੈਂ ਵੇਖਣ ਤਾਂ ਲੱਗੇ ਅੱਗੇ ਛੋਟੇ ਜਿਹੇ ਮੈਨੂੰ ਸਵਾਦ ਨਹੀਂ ਲੱਗਦੇ ਕਦੇ ਪਰ ਸੈੱਟ ਆ ਵਧੀਆ ਹੈ ਫਰਾਈ ਜਿਆਦਾ ਸਵਾਦ ਆ ਟਰਾਈ ਫਰਾਈ ਜਿਆਦਾ ਸਵਾਦ ਆ ਜੋ ਵੀ ਆ ਤੇ ਬਾਕੀ ਠੀਕ ਆ ਓਵਰਆਲ ਵਧੀਆ ਹੈਗਾ ਤਰਨਾਲ ਲੇਡੀ ਜਿਸ ਜਰਦਾ ਜੁਰਦਾ ਤਾਂ ਨਹੀਂ ਲਾਉਣਾ ਚਾਹ ਵਾਂ ਕੋਈ ਟੇਸਟ ਖਰਾਬ ਹੋਇਆ ਨਾ ਹੁਣ ਤਾਂ ਕੋਈ ਚੱਕਰ ਨਹੀਂ ਇੱਧਰ ਹੈਗੀ ਹੈ ਨਾਲ ਆਪਣੀ ਆ ਯਾਰ ਮੈਨੂੰ ਇੰਨੇ ਫੜਾ ਦੇ ਯਾਰ ਇੱਕ ਹੀ ਫੜਾਇਆ ਤਿੰਨ ਸੀਗੇ ਅੱਛਾ ਹੋਰ ਤੁਹਾਡੇ ਕੋਲ ਵੀ ਜ਼ਿਆਦਾ ਯਾਰ ਜਮੀਨ ਨਿਗਾਹ ਹੋ ਮੈਨੂੰ ਵੀ ਕੁਝ ਆਈ ਨਹੀਂ ਲੱਗਿਆ ਡਸਟਬਿਨ ਨਹੀਂ ਸੀਗਾ ਯਾਰ ਇੱਥੇ ਛੱਡ ਦੇਣਾ ਪਿੱਛੇ ਜੇ ਡਸਟਬਿਨ ਹੈ ਨਹੀਂ ਸੀਗਾ ਤਾਂ ਇੱਥੇ ਸੁੱਟਿਆ ਨਹੀਂ ਤਾਂ ਆਈ ਨਹੀਂ ਸੁੱਟਦੇ ਸੀ ਹਣਾ ਤੇ ਯਾਰ ਹੁਣ ਆਪਾਂ ਮੋਮੋਸ ਵੀ ਟਰਾਈ ਕਰ ਲਿਆ ਤੇ ਜੋ ਕਿ ਬਾਲੀ ਘੈਂਟ ਸੀਗੇ ਨਾ ਸਵਾਦ ਆ ਗਿਆ ਬਹੁਤ ਜ਼ਿਆਦਾ ਆ ਜਿਹੜੇ ਨਿੱਕੇ ਮੋਮੋਸ ਹੁੰਦੇ ਆ ਜਾਂ ਨਿਊਟਰੀ ਵਾਲੇ ਹੁੰਦੇ ਆ ਇਹ ਇੰਨੇ ਜ਼ਿਆਦਾ ਸਵਾਦ ਨਹੀਂ ਹੁੰਦੇ ਪਰ ਪਤਾ ਨਹੀਂ ਇਹ ਵਾਲੇ ਕਾਹਤੋਂ ਇੰਨੇ ਜ਼ਿਆਦਾ ਸਵਾਦ ਸੀਗੇ ਮਤਲਬ ਇਹ ਆਪਾਂ ਪਹਿਲੀ ਵਾਰ ਖਾਣ ਲੱਗੇ ਆ ਉਵੇਂ ਤਾਂ ਬਹੁਤ ਵਾਰੀ ਖਾਧੇ ਮਤਲਬ ਇਸ ਰੇੜੀ ਤੋਂ ਇਸ ਕਾਰਟ ਤੋਂ ਇਸ ਸਟਾਲ ਤੋਂ ਪਹਿਲੀ ਵਾਰ ਲਏ ਆਪਾਂ ਤੇ ਬਾਕੀ ਹੁਣ ਇਹੀ ਹੁੰਦਾ ਨਾ ਸਟਰੀਟ ਫੂਡ ਤਾਂ ਹਨਾ ਪਿਛਲੀ ਵਾਰ ਵੀ ਥੋੜਾ ਜਿਹਾ ਆਪਾਂ ਅੰਦਰ ਜਾ ਕੇ ਬਹਿ ਬੂ ਕੇ ਖਾਧਾ ਸਟਰੀਟ ਫੂਡ ਇਹੀ ਹੁੰਦਾ ਵੀ ਲਾਗੇ ਬੰਨੇ ਗਲੀਆਂ ਬੁਲੀਆਂ 'ਚ ਜੋ ਵੀ ਹੁੰਦਾ ਠੀਕ ਹੈ ਪਰ ਚੀਪੈਸਟ ਅਜੇ ਤੱਕ ਸਾਨੂੰ ਕੁਝ ਲੱਭਿਆ ਨਹੀਂ ਵੀ ਪਜਾਮਾਂ ਦੀ ਆਈ ਸੀ ਨਾ ਪਲੇਟ ਇਹ ਪਜਾਮਾਂ ਦੀ ਆਈ ਸੀਗੀ ਪਲੇਟ ਤੇ ਮਿਕਸ ਜੇ ਕਰਾਈ ਸੀਗੀ ਆਪਾਂ ਤੇ ਬਾਕੀ ਮਤਲਬ 50-55 ਦੇ ਉਹ ਸੀਗੇ ਹੌਟ ਡੌਗ ਵਗੈਰਾ ਕੁਲਚੇ ਵਗੈਰਾ ਪਜਾਮਾਂ ਕਦੇ ਇਹ ਸੀਗੇ ਤੇ ਹਜੇ ਤੱਕ ਮੈਨੂੰ ਨਹੀਂ ਲੱਗਦਾ ਚੀਪੈਸਟ ਇਹ ਤੇ ਬਾਕੀ ਹੁਣ ਅੱਗੇ ਵੇਖਦੇ ਹਾਂ ਕੀ ਟਰਾਈ ਕਰਦੇ ਆਪਾਂ ਨੇਰਾ ਕਾਫੀ ਹੋ ਗਿਆ ਆਪਾਂ ਸਟਾਰਟ ਹੀ 7 ਵਜੇ ਕੀਤਾ ਸੀਗਾ ਚਲੋ ਕੋਈ ਨਾ ਵੈਸੇ ਨਹੀਂ ਭੁੱਖ ਹੈ ਨਹੀਂ ਗੀ ਥੋੜ੍ਹਾ ਜਿਹਾ ਬੈਠੇ ਤਾਂ ਸੀਗੇ ਥੋੜ੍ਹਾ ਜਿਹਾ ਨਾ ਸਮਾਨ ਜਿਹਾ ਥੱਲੇ ਹੋ ਜੇ ਮਤਲਬ ਆਉਣ ਲੱਗਿਆ ਵੀ ਚਾਹ ਪੀ ਕੇ ਆਏ ਥੋੜ੍ਹਾ ਜਿਹਾ ਪੋਹਾ ਖਾਧਾ ਨਾਲ ਅਤੇ 2 ਕੁ ਬ੍ਰੈਡ ਦੇ ਪੀਸ ਵੀ ਖਾਧੇ ਸੀਗੇ ਅਤੇ ਬਿਸਕੁਟ ਵੀ ਖਾਧੇ ਸੀ ਅਤੇ ਮੇਰਾ ਢਿੱਡ ਤੋਂ ਉੱਤੇ ਤੱਕ ਫੁੱਲ ਸੀ ਮੈਂ ਥੋੜ੍ਹਾ ਥੋੜ੍ਹਾ ਸਮਾਨ ਹੀ ਖਾਧਾ ਹੌਟ ਡੌਗ ਦੀ ਸਿਰਫ ਇੱਕ ਬਾਈਟ ਲਈ ਹੈ ਕੁਲਚੇ ਮੈਂ 2-3 ਬਾਈਟਾਂ ਲਈਆਂ ਮੋਮੋਸ ਜ਼ਰੂਰ ਖਾਧੇ 4-5 ਬਾਕੀ ਸੈੱਟ ਸੀਗਾ ਰੱਜ ਗਏ ਮੋਮੋਸ ਵਾਲੇ ਕੇ ਚੰਨੀ ਜੀ ਮੂੰਹ ਸਾਫ਼ ਕਰ ਲਓ ਪਸੀਨੇ ਨਾਲ ਭਰਿਆ ਉਹ ਯਾਰ ਲੋਈ ਦੀ ਕਮੀ ਸੀ ਗੁਰਮਨ ਲੋਈ ਲੈ ਆਉਂਦਾ ਜਵਾਂ ਚੰਨੀ ਪੂਰਾ ਚਰਨਜੀਤ ਸਿੰਘ ਚੰਨੀ ਚੰਨੀ ਸਾਹਿਬ ਚੰਨੀ ਸਾਹਿਬ ਇੱਧਰ ਮੈਂ ਦੇਖੂੰਗਾ ਕਮਾਲਾ ਕਰਸੀ ਕਮਾਲਾ ਬਾਈ ਨੂੰ ਮੈਨੂੰ ਲੱਗਦਾ ਸਾਡੀ ਸ਼ਕਲ ਦੇਖ ਕੇ ਯਾਦ ਹੋ ਗਏ ਆਪਾਂ ਕੌਣ ਹੈ ਹੁਣ ਬਾਅਦ ਇੰਸੀਡੈਂਟ ਦੱਸਦਾ ਕੀ ਹੋਇਆ ਸੀਗਾ ਇੱਥੇ ਦੱਸਾਂਗੇ ਮਤਲਬ ਪਹਿਲਾਂ ਉਦੋਂ ਬਾਈ ਦੀ ਰੇਹੜੀ ਸੀਗੀ ਅਤੇ ਬਾਈ ਨੇ ਕਿਹਾ ਬਾਤ ਹੈ ਵਧੀਆ ਗੱਲ ਹੈ ਤਰੱਕੀ ਕਰ ਲਈ ਆ ਪਰ ਅਸੀਂ ਬਾਈ ਤੇ ਬਾਈ ਕੋਲ ਆਉਣ ਤੋਂ ਡਰਦੇ ਹਾਂ ਵੈਸੇ ਬਾਈ ਦਿਲ ਦਾ ਚੰਗਾ ਹੈਗਾ ਆਈਸਕ੍ਰੀਮ 'ਚ ਧੂੰਆਂ ਨਿਕਲ ਹੀ ਜਾਂਦਾ ਹੈ ਆਈਸਕ੍ਰੀਮ 'ਚ ਮੈਂ ਕਿਹਾ ਧੂੰਆਂ ਨਿਕਲ ਹੀ ਜਾਂਦਾ ਵੀਡੀਓ 'ਚ ਨਹੀਂ ਬਾਹਰ ਲੱਗਦਾ ਨਿਕਲਦਾ ਪਿਆ ਨਿਕਲਦਾ ਪਿਆ ਤੈਨੂੰ ਦੇਖਣਾ ਨਹੀਂ ਗਾ ਬਾਈ ਹੱਸ ਪਿਆ ਦੇਖ ਕੇ ਆਪਾਂ ਬਾਈ ਨੂੰ ਯਾਦ ਆ ਆਪਾਂ ਕੌਣ ਆਈਸਕ੍ਰੀਮ ਭਾਈ ਹੁਣ ਤੱਕ ਜਿੰਨਾ ਵੀ ਕੁਛ ਖਾਧਾ ਨਾ ਸਭ ਤੋਂ ਘੱਟ ਰੇਟ ਸਭ ਤੋਂ ਵਧੀਆ ਚੀਜ਼ ਆ ਹਾਂ ਸਹੀ ਗੱਲ ਕੀ ਪੈਸ ਮਤਲਬ 10 ਰੁਪਏ ਦੀ ਸਾਨੂੰ ਆਈਸਕ੍ਰੀਮ ਮਿਲੀ ਆ ਹੀ ਤੱਕ ਹੋਰ ਕੁਛ ਨਹੀਂ ਮਿਲਿਆ ਹੈ 10 ਰੁਪਏ ਦਾ ਵੀਰ ਜੀ ਕੀ ਵਿਚਾਰਾ ਕੀ ਖਾਣਾ ਹੁਣ ਲੈ ਲਾ ਜਾ ਕੇ ਕੀ ਖਾਣਾ ਅੰਦਰੋਂ ਬਾਅਦ 'ਚ ਤੂੰ ਸਾਡੇ ਮੂੰਹ ਵੱਲ ਝਾਕੇਗਾ ਵੈਸੇ ਜੀ ਤਾਂ ਕਰ ਨਹੀਂ ਰਿਹਾ ਸੀਗਾ ਖਾਣੀ ਪੈਣੀ ਹੁਣ ਲਈ ਲਈ ਬੈਟੀ ਦੀ ਇੱਕ ਬਾਈਟ ਲਈ ਦੀ ਹੈ ਅਤੇ ਬੰਦਾ ਸਾਰਾ ਭਰ ਜਾਂਦਾ ਉੱਥੋਂ ਲੈ ਕੇ ਪਾਈ ਗਰਮਣਾ ਉਹ ਨੈਪਕਿਨ ਪਏ ਉਹ ਚੱਕ ਕੇ ਲਈ ਮਾੜੇ ਜਿਹੇ ਬਾਹਰ ਉਹੀ ਪਏ ਆ ਉਹੀ ਨਹੀਂ ਮਤਲਬ ਉਹੀ ਆਪਣੇ ਲਈ ਰੱਖੇ ਹੋਣਗੇ ਆਪਾਂ ਯਾਰ ਮੜੀ ਗਏ ਅਤੇ ਖਾਣ ਵੀ ਜੀ ਕਰਦਾ ਹੁੰਦਾ ਖਲਾਰਾ ਬੜਾ ਪੈ ਜਾਂਦਾ ਸਾਡੇ ਵੇਖੋ ਸਾਡਾ ਹੀ ਆ ਸਾਰਾ ਕਲਰ ਸਵਾਦ ਤਾਂ ਬਹੁਤ ਆ ਘੈਂਟ ਗੱਲ ਬਾਤ ਆ ਮੈਂ ਤਾਂ ਬਾਹਰੋਂ ਬਾਹਰ ਹੀ ਨਿਕਲ ਚੁੱਕਾ ਸਹੀ ਗੱਲ ਹੈ ਖੜੇ ਤਾਂ ਬਾਹਰ ਹੀ ਆ
ਜਿੰਨੇ ਆਪਾਂ ਫੋਲੋ ਨਾ ਭੱਜ ਜਾਣਾ ਆਪਣੇ ਸਹੀ ਹੋ ਜਿੰਨਾ ਆਪਣਾ ਉੱਤੇ ਤੱਕ ਸਮਾਨ ਹੋ ਗਈ ਕੋਈ ਪਿੱਛੋਂ ਕਾਲਰ ਹੀ ਵੜਦਾ ਨੇ ਆ ਜਾਪੋ ਕਿੱਥੇ ਭੱਜਣ ਲੱਗੇ ਜੀ ਯਾਰ ਯਾਰ ਤੇਰਾ ਬ੍ਰੈਡ ਜੀ ਲੈ ਕੇ ਭੱਜ ਜਾਂਦਾ ਹੁੰਦਾ ਸਹੀ ਕਿਤਾ ਤਾਂ ਹੁੰਦੀ ਭਾਈ ਜੀ ਕੀ ਹੋ ਗਿਆ ਰੁਪਈ ਕਦੇ ਜਾਂਦਾ ਯਾਰ ਪਤਾ ਨਹੀਂ ਔਨ ਕੈਮਰਾ ਇੰਸੀਡੈਂਟ ਬਾਹਲੇ ਘੈਂਟ ਹੋ ਜਾਂਦੇ ਹਨਾ ਔਨ ਕੈਮਰਾ ਕੁਛ ਪਤਾ ਨਹੀਂ ਲੱਗਦਾ ਔਫ ਕੈਮਰਾ ਬਹੁਤ ਕੁਛ ਹੋ ਜਾਂਦਾ ਯਾਰ ਕੋਈ ਨਾ ਇੰਨੇ ਵੀ ਹਾਸੇ ਵਾਲੀ ਗੱਲ ਨਹੀਂ ਸੀਗੀ ਹੁਣ ਤਾਂ ਹੋ ਯਾਰ ਮੁੱਕ ਦੀ ਨਹੀਂ ਪਈ ਮੈਂ ਉੱਥੇ ਕਦੀ ਨਹੀਂ ਜਾਂਦੀ ਪਈ ਆ ਦੇਖੇ ਤੁਹਾਡਾ ਜੀ ਕਰ ਰਿਹਾ ਨਾ ਜਿਹੜੇ ਵੀ ਦੇਖ ਰਹੇ ਹੋ ਵਲੋਗ ਹਨ ਕਰਦੇ ਹਨ ਆਪਣਾ ਵੀ ਜੀ ਕਰਨਾ ਬਾਅਦ ਕੋਈ ਨਾ ਥੋੜ੍ਹੇ ਚਿਰ ਬਾਅਦ ਜਦੋਂ ਆਪਾਂ ਆਪ ਹੀ ਦੇਖਾਂਗੇ ਆਪਦੇ ਵਲੋਗ ਯਾਰ ਤੁਹਾਨੂੰ ਇੰਸੀਡੈਂਟ ਦੱਸ ਦਿਓ ਸੀ ਕੀ ਹੋਇਆ ਸੀਗਾ ਮਤਲਬ ਉੱਥੇ ਨਾ ਬਾਈ ਉਦੋਂ ਰੇਹੜੀ ਲਾਉਂਦਾ ਸੀਗਾ ਕਾਰਟ ਸੀਗੀ ਉਹਦੀ ਅਤੇ ਆਪਾਂ ਪਾਰਕ ਦੌਂਦੇ ਪਏ ਸੀਗੇ ਮੇਰੀ ਜੇਬ 'ਚ 20 ਰੁਪਏ ਸੀਗੇ 10 ਰੁਪਏ ਦੇ ਕੋਲ ਸੀਗੇ ਹੈ ਨਾ ਅਤੇ ਅਸੀਂ ਕਿਹਾ ਚੱਲ ਕੋਈ ਨਾ ਆਈਸਕ੍ਰੀਮ ਖਾ ਲੈਂਦੇ ਗੁਰਮਨ ਨਾਲ ਸੀਗਾ ਗੁਰਮਨ ਨਾ ਮੈਨੂੰ ਘਰੋਂ ਕਹਿੰਦਾ ਆ ਵੀ ਪੈਸੇ ਮੈਨੂੰ ਫੜਾ ਦੇ ਤੂੰ ਸੁੱਟ ਲੈਣੇ ਮੈਂ ਕਿਹਾ ਨਹੀਂ ਮੇਰਾ ਪਜਾਮਾ ਜੈਪ ਵਾਲਾ ਮੇਰੇ 'ਚ ਸੇਫ ਆ ਪੈਸੇ ਨਹੀਂ ਡਿੱਗਦੇ ਹੈ ਨਾ ਉਹੀ ਗੱਲ ਹੋਈ ਸਾਨੂੰ ਪਤਾ ਨਹੀਂ ਲੱਗੇ ਯਾਰ ਪੈਸੇ ਕਿੱਥੇ ਡਿੱਗ ਪਏ ਯਾਰ ਆ ਕੁਰਸੀ 'ਤੇ ਬਹਿ ਕੇ ਜਿਵੇਂ ਆਪਾਂ ਖਾਧੀ ਆਈਸਕ੍ਰੀਮ ਉਦੋਂ ਵੀ ਐਂ ਮਤਲਬ ਕੁਰਸੀ ਵਗੈਰਾ ਲੱਗੀਆਂ ਸੀ ਹੈ ਨਾ ਉਦੋਂ ਵੀ ਵਧੀਆ ਬਣਾ ਬਣੂ ਕੇ ਦਿੱਤੀ ਆਈਸਕ੍ਰੀਮ ਸਾਨੂੰ ਅਤੇ ਫਿਰ ਪਤਾ ਕੀ ਹੋਇਆ ਇਹ ਮੈਨੂੰ ਕਈ ਵੀ ਅੰਦਰ ਸਿਖਾਉਂਦੇ ਹੋਏ ਪੈ ਗਿਆ ਕਹਿੰਦਾ ਪੈਸੇ ਦੇਖ ਲਾ ਗੌਰਮੈਂਟ ਵੀ ਕਹੀ ਗਿਆ ਪੈਸੇ ਵਗੈਰਾ ਵੇਖ ਲਾ ਮੈਂ ਕਿਹਾ ਹੈਗੇ ਆ ਦੱਸਦੇ ਹੈਗੇ ਮੈਂ ਉੱਤੋਂ ਉੱਤੋਂ ਜਿਹਾ ਹੱਥ ਮਾਰੀ ਗਿਆ ਇੰਨਾ ਕੁ ਕੌਣ ਰਹਿ ਗਿਆ ਸੀ ਐਂਡ 'ਤੇ ਅਤੇ ਜੋ ਪੈਸੇ ਦੇਣ ਦੀ ਵਾਰੀ ਗਈ ਉਹ ਪੈਸੇ ਨਾ ਨਿਕਲੇ ਜੇਬ 'ਚ ਪਤਾ ਹੀ ਨਹੀਂ ਕਿੱਧਰ ਗਏ ਇਹ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਹੱਸਣ ਮੈਂ ਮੇਰੇ ਮੈਂ ਕਿਹਾ ਹੁਣ ਕੀ ਕਰਾਂ ਵੀਰਾ ਥੋੜ੍ਹਾ ਜਿਹਾ ਮਤਲਬ ਸਿਆਣਾ ਸੀਗਾ ਬਾਈ ਕਹਿੰਦਾ ਕੋਈ ਨਾ ਕੱਲ੍ਹ ਨੂੰ ਦੇ ਜਾਂ ਤੁਸੀਂ ਰਹਿਣ ਦਿਓ ਕੋਈ ਨਾ ਹੀ ਖਾ ਜਾਓ ਮੈਂ ਕਿਹਾ ਨਹੀਂ ਫਿਰ ਮੈਂ ਇੱਥੋਂ ਗਿਆ ਤੁਰ ਕੇ ਘਰ ਤੱਕ ਘਰੋਂ ਲੈ ਕੇ ਵਾਪਸ ਆਏ ਦੋਵੇਂ ਬੈਠੇ ਆਰਾਮ ਨਾਲ ਖਾਈ ਜਾਵੇ ਇੰਨਾ ਕੌਣ ਲੈ ਗਏ ਮੇਰੇ ਤੋਂ ਵੀ ਅੜ ਗਿਆ ਲੰਘਣੋਂ ਯਾਰ ਚਲੋ ਕੋਈ ਨਾ ਪਰ ਬਾਈ ਨਾ ਉਦੋਂ ਬਾਅਦ ਇਹ ਗਿਆ ਬਾਈ ਕੋਲੇ ਉਦੋਂ ਬਾਅਦ ਮੈਂ ਜ਼ਿੰਦਗੀ 'ਚ ਗਿਆ ਨਹੀਂ ਸੀਗਾ ਇਹ ਬਾਈ ਇਹ ਗਿਆ ਥੋੜ੍ਹਾ ਜਿਹਾ ਮਹੀਨਾ ਕੁ ਪਹਿਲਾਂ ਹੀ ਇਹ ਜਾ ਕੇ ਆਇਆ ਬਾਈ ਇਹਨੂੰ ਕਹਿੰਦਾ ਬਾਈ ਯਾਰ ਤੈਨੂੰ ਕਿਤੇ ਦੇਖਿਆ ਲੱਗਦਾ ਅਤੇ ਹੁਣ ਜਦੋਂ ਆਪਾਂ ਹੁਣੇ ਜਾ ਕੇ ਆਏ ਬਾਈ ਨੇ ਪਛਾਣ ਲਿਆ ਸੀਗਾ ਆਪਾਂ ਨੂੰ ਵੀ ਉਹੀ ਬੰਦੇ ਤਾਂ ਹੀ ਹੱਸ ਰਿਹਾ ਸੀਗਾ ਬਾਈ ਦੇਖ ਕੇ ਮਤਲਬ ਜਿੰਨਾ ਅਸੀਂ ਛੋਟੀ ਗੱਲ ਦੱਸਤੀ ਇੰਨੀ ਛੋਟੀ ਗੱਲ ਹੋਈ ਨਹੀਂ ਵਾਹਵਾ ਕੁਛ ਹੋਇਆ ਸੀਗਾ ਇੰਸੀਡੈਂਟ ਵਾਹਵਾ ਵੱਡਾ ਸੀਗਾ ਉਹ ਕਿੰਨਾ ਚਿਰ ਤਾਂ ਅਸੀਂ ਸੋਚੀ ਗਏ ਵੀ ਕੀ ਕਰੀਏ ਹੁਣ ਪੈਸੇ ਗਵਾ ਦੀਆਂ ਐਂ ਹੋ ਗਿਆ ਉਹ ਹੋ ਗਿਆ ਬਾਈ ਨੇ ਵੀ ਬਹੁਤ ਕਿਹਾ ਵੀ ਕੋਈ ਨਾ ਕੱਲ੍ਹ ਦੇ ਦਿਓ ਜਾਂ ਰਹਿਣ ਦਿਓ ਕੋਈ ਚੱਕਰ ਨਹੀਂਗਾ ਬਾਕੀ ਫਿਰ ਮੈਂ ਕਿਹਾ ਨਹੀਂ ਚੰਗਾ ਨਹੀਂ ਲੱਗਦਾ ਘਰੋਂ ਗਿਆ ਲੈ ਕੇ ਵਾਪਸ ਆਇਆ ਪਹਿਲਾਂ ਕਮਲਾ ਮੈਂ ਲੱਭਣ ਲੱਗ ਪਿਆ ਵੀ ਕਿੱਧਰ ਚਲੇ ਸੁੱਟ ਲਏ ਹੋਣੇ ਮੈਂ ਪੈਸੇ ਇੱਥੋਂ ਮੈਂ ਬੱਸ ਅੱਡੇ ਤੋਂ ਗਿਆ ਬੱਸ ਅੱਡੇ ਉਹ ਘਰੇ ਗਿਆ 10 20 ਰੁਪਏ ਲੱਭਣ ਚੱਲ ਜਿਵੇਂ ਵੀ ਇਹ ਦੇ ਬਾਈ ਨੇ ਬਾਂਹ ਦੁੱਖਣ ਲੱਗ ਪਈ ਹੁਣ ਮੇਰੀ